ਸਤਿ ਸ਼੍ਰੀ ਅਕਾਲ ਜੀ ਵੈਲਕਮ ਸਾਰਿਆਂ ਦਾ سٹਾਕ ਟਾਕ ਫॉर ਯੂ ਦੇ YouTube ਚੈਨਲ ਤੇ ਤੇ ਅੱਜ ਇਸ ਕੁਇਕ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਹੜੀਆਂ ਉਹ ਮਿਸਟੇਕਸ ਨੇ ਜਿਹੜੀਆਂ ਅਵੋਇਡ ਕਰਕੇ ਤੁਸੀਂ ਤੇ ਆਪਸ਼ਨ ਟਰੇਡਿੰਗ ਦੇ ਵਿੱਚ ਹੋਰ ਪ੍ਰੋਫਿਟ ਬਣਾ ਸਕਦੇ ਆ ਸੋ ਵੀਡੀਓ ਨੂੰ ਮੈਂ ਇਦਾਂ ਦੱਸੂਗਾ ਕਿ ਮੰਨ ਲਓ ਜਿੱਦਾਂ ਤੁਸੀਂ ਸ਼ਕਤੀਮਾਨ ਦੇਖਿਆ ਤੇ ਉਹਦੇ ਵਿੱਚ ਗੱਲਬਾਤ ਹੁੰਦੀ ਸੀ ਐਂਡ ਤੇ ਇੱਕ ਮੈਸੇਜ ਦਿੱਤਾ ਜਾਂਦਾ ਸੀ ਜਿੰਨੂੰ ਕਹਿੰਦੇ ਸੀ ਛੋਟੀ ਛੋਟੀ ਮਗਰ ਮੋਟੀ ਬਾਤਾਂ ਸੋ ਉਦਾਂ ਹੀ ਇਹ ਵੀਡੀਓ ਆ ਜੀ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਵੱਟ ਜੇ ਤੁਸੀਂ ਇਹਨਾਂ ਨੂੰ ਅਵੋਇਡ ਕਰ ਦਿੰਦੇ ਹੋ ਇਹ ਮਿਸਟੇਕ ਤਾਂ ਤੁਸੀਂ ট্রেਡਿੰਗ ਦੇ ਵਿੱਚ ਖਾਸ ਕਰਕੇ ਆਪਸ਼ਨ ট্রেਡਿੰਗ ਦੇ ਵਿੱਚ ਕਾਫੀ ਵਧੀਆ ਪ੍ਰੋਫਿਟ ਬਣਾ ਸਕਦੇ ਆ। ਸੋ ਅੱਗੇ ਜਾਣ ਤੋਂ ਪਹਿਲਾਂ ਜੇ ਕਿਸੇ ਨੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਕਰ ਦਿਓ ਤੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਰੂਰ ਕਰ ਦਿਓ। ਸੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਕਿ ਕਿਹੜੀ ਇੱਕ ਗਲਤੀ ਆ ਜਿਹੜੀ ਤੁਹਾਨੂੰ ਆਪਸ਼ਨ ਟ੍ਰੇਡਿੰਗ ਦੇ ਵਿੱਚ ਘਾਟਾ ਪਵਾ ਦਿੰਦੀ ਆ। ਸੋ ਬਹੁਤ ਸਿੰਪਲ ਜੀ ਚੀਜ਼ ਆ ਕੀ ਹੁੰਦਾ ਕਿ ਜਦੋਂ ਵੀ ਆਪਾਂ ਆਪਾ ਆਪਸ਼ਨ ট্রেਡਿੰਗ ਕਰਦੇ ਆ ਯੂ ਆਰ ਆਲਵੇਸ ਲੁਕਿੰਗ ਫਾਰ ਚੀਪ ਪ੍ਰੀਮੀਅਮ ਆਊਟ ਆਫ ਦਾ ਮਨੀ ਸਟ੍ਰਾਈਕ ਪ੍ਰਾਈਸ ਸੋ ਆਪਾਂ ਕੀ ਕਰਦੇ ਆ ਕਿ ਜਦੋਂ ਵੀ ਆਪ ਆਪਸ਼ਨ ਟ੍ਰੇਡਿੰਗ ਦੇ ਵਿੱਚ ਜਾਂਦੇ ਆ ਤੁਸੀਂ ਜਿੱਦਾ ਪਿਕਚਰ ਇਹ ਆ ਰਹੀ ਆ ਇਹਦੇ ਵਿੱਚ ਇੱਕ ਸਟ੍ਰਾਈਕ ਪ੍ਰਾਈਸ ਦੇ ਵਿੱਚ ਕੀ ਆ ਕਿ ਪ੍ਰੀਮੀਅਮ ਜ਼ਿਆਦਾ ਦੂਸਰੀ ਸਟ੍ਰਾਈਕ ਪ੍ਰਾਈਸ ਦੇ ਵਿੱਚ ਪ੍ਰੀਮੀਅਮ ਜਿਹੜਾ ਆ ਉਹ ਘੱਟ ਤੇ ਆਪਾਂ ਕੀ ਕਰਦੇ ਆ ਕਿ ਆਪਾਂ ਜਿਹੜੇ ਪ੍ਰੀਮੀਅਮ ਘੱਟ ਵਾਲੀ ਆ ਕਿ ਸਸਤੀ ਆ ਇਹ ਦੇਖ ਕੇ ਤੇ ਬਾਏ ਕਰ ਲੈਨੇ ਆ ਕਈ ਵਾਰੀ ਸਟਾਕ ਉਨੀ ਜ਼ਿਆਦੀ ਮੂਵ ਨਹੀਂ ਕਰਦਾ ਤੇ ਜਿਹੜਾ ਪ੍ਰੀਮੀਅਮ ਚਾਹੇ ਤੁਸੀਂ ਸਸਤਾ ਵੀ ਬਾਇ ਕੀਤਾ ਹੋਇਆ ਵਾ ਉਹ ਸਾਰਾ ਐਂਡ ਆਫ ਦਾ ਡੇ ਜ਼ੀਰੋ ਹੋ ਜਾਂਦਾ ਸੋ ਜਦੋਂ ਵੀ ਆਪਸ਼ਨ ਆਏ ਕਰਨੀਆਂ ਸਟਾਰਟਿੰਗ ਦੇ ਵਿੱਚ ਵੀ ਮੈਂ ਇਹ ਵੀ ਗਲਤੀ ਕੀਤੀ ਸੀ ਕਿ ਆਪਸ਼ਨ ਕਰਨੀ ਤੇ ਮੈਂ ਇਹ ਦੇਖ ਲੈਣਾ ਕਿ ਸਸਤੀਆ ਬਾਇ ਕਰ ਲਵ ਬਟ ਜੇ ਤੁਹਾਨੂੰ ਪਤਾ ਆ ਕਿ ਜਿਹੜਾ ਗ੍ਰੀਕਸ ਆਪਸ਼ਨ ਦੇ ਕਿੱਦਾਂ ਕੰਮ ਕਰਦੇ ਆ ਤੇ ਤੁਸੀਂ ਇਹ ਗਲਤੀ ਨਹੀਂ ਕਰਨੀ ਕਦੀ ਵੀ ਸਸਤੀ ਦੇਖ ਕੇ ਪ੍ਰੀਮੀਅਮ ਤੇ ਸਟ੍ਰਾਈਕ ਪ੍ਰਾਈਸ ਚੂਜ਼ ਨਹੀਂ ਕਰਨੀ ਤੁਸੀਂ ਇਹ ਦੇਖਣਾ ਕਿ ਸਟਾਕ ਕਿੰਨੀ ਕੁ ਵਧੀਆ ਮੂਵ ਕਰ ਸਕਦਾ ਤੇ ਕਿੱਥੇ ਪ੍ਰੋਫਿਟ ਜ਼ਿਆਦਾ ਬਣਦੇ ਚਾਂਸ ਆ ਜੋ ਕਿ ਮੋਸਟਲੀ ਆਪਾਂ ਕਹਿ ਦਈਏ ਇੰਦਾ ਮਨੀ ਜਾਂ ਐਟ ਦਾ ਮਨੀ ਦੇ ਵਿੱਚ ਹੋ ਜਾਂਦਾ ਆ ਸੋ ਇੱਕ ਛੋਟੀ ਜੀ ਗਲਤੀ ਆ ਜਿਹੜੀ ਆਪਾਂ ਨੂੰ ਘਾਟਾ ਪਵਾ ਦਿੰਦੀ ਖਾਸ ਕਰਕੇ ਸਟਾਰਟਿੰਗ ਦੇ ਵਿੱਚ ਸੋ ਇਹਨੂੰ ਅਵੋਇਡ ਕਰਨਾ ਨੈਕਸਟ ਦੇਖਦੇ ਆ ਸੋ ਨੈਕਸਟ ਕੀ ਆ ਡੂਇੰਗ অপਸ਼ਨ ਆਫ ਡਿਫਰੈਂਟ ਸਟਾਕਸ ਐਵਰੀ ਸਿੰਗਲ ਡੇ ਨਾਟ ਸਟਿਕਿੰਗ ਵਿਦ ਅ ਕਪਲ ਆਫ ਸਟਾਕਸ ਜਾਂ ਇੰਡੈਕਸ ਦੇ ਨਾਲ ਆਪਾਂ ਕੀ ਕਰਦੇ ਆ ਅੱਜ ਇੱਕ ਸਟਾਕ ਦੀ ਆਪਸ਼ਨ ਕਰ ਲਈ ਕਰ ਦੂਜੇ ਦੀ ਪਰਸੋਂ ਤੀਜੇ ਦੀ ਸੋ ਉਹਦੇ ਨਾਲ ਕੀ ਆ ਕਿ ਤੁਹਾਨੂੰ ਮਾਈਂਡ ਦੇ ਵਿੱਚ ਯਾਦ ਹੀ ਨਹੀਂ ਰਹਿੰਦਾ ਕਿ ਆਪਸ਼ਨ ਦਾ ਜਿਹੜਾ ਆ ਅੱਜ ਇਮਪਲਾਈਡ ਵੋਲੇਟਿਲਟੀ ਕਿੰਨੀ ਆ ਕੀ ਪ੍ਰੀਮੀਅਮ ਜ਼ਿਆਦਾ ਆ ਕੀ ਹੋ ਰਿਹਾ ਆ ਸੋ ਤੁਸੀਂ ਪ੍ਰੋਪਰਲੀ ਡਿਸੀਜਨ ਨਹੀਂ ਬਣਾ ਪਾਉਂਦੇ ਸੋ ਇਸ ਚੀਜ਼ ਤੋਂ ਵੀ ਬਚਣ ਲਈ ਕਿ ਤੁਸੀਂ ਅੱਜ ਇੱਕ ਦੀ ਕਰੋ ਕੱਲ ਦੂਜੀ ਦੀ ਦੋ ਤਿੰਨ ਸਟਾਕ ਚੂਜ਼ ਕਰ ਲਓ ਠੀਕ ਹੈ ਜਾਂ ਇੰਡੈਕਸ ਚੂਜ਼ ਕਰ ਲਓ ਤੇ ਉਹਨਾਂ ਨੇ ਆਪਸ਼ਨ ਹੈ ਇਵਰੀ ਡੇ ਟ੍ਰੇਡ ਕਰੋ ਉਹਦੇ ਨਾਲ ਕੀ ਆ ਕਿ ਇੱਕ ਤਾਂ ਜਿੱਦਾਂ ਮੈਂ ਆਲਵੇਸ ਕਹਿੰਦਾ ਹੁੰਨਾ ਕਿ ਕੀਪ ਇਟ ਸਿੰਪਲ ਕਿ ਜਿੱਦਾਂ ਤੁਸੀਂ ਲਾਈਫ ਆਪਣੀ ਨੂੰ ਸਿੰਪਲ ਰੱਖਣਾ ਚਾਹੁੰਦੇ ਹੋ ਤਾਂ ਟ੍ਰੇਡਿੰਗ ਆਪਣੀ ਨੂੰ ਵੀ ਸਿੰਪਲ ਬਣਾਓ ਜੇ ਲਾਈਫ ਦੇ ਵਿੱਚ ਤੁਸੀਂ ਕੰਪਲਿਕੇਟਿਡ ਨਹੀਂ ਕਰਨਾ ਚਾਹੁੰਦੇ ਸਾਰਾ ਕੁਝ ਤਾਂ ট্রেਡਿੰਗ ਦੇ ਵਿੱਚ ਵੀ ਕੰਪਲੀਕੇਟਡ ਨਾ ਕਰੋ ਸੋ ਜੇ ਤੁਹਾਡੀ ট্রেਡਿੰਗ ਸਿੰਪਲ ਆ ਤੇ ਟ੍ਰੇਡ ਕਰਦੇ ਆ ਤਾਂ ਤੁਹਾਡੀ ਲਾਈਫ ਵੀ ਸਿੰਪਲ ਹੋਊਗੀ ਸੋ ਇਸ ਕਰਕੇ ਇੱਕ ਦੋ ਸਟਾਕ ਚੂਜ਼ ਕਰੋ ਉਹਨਾਂ ਨੂੰ ਹੀ ਐਵਰੀਡੇ ਟ੍ਰੇਡ ਕਰੋ ਠੀਕ ਹੈ ਜੀ ਜਾਂ ਇੰਡੈਕਸ ਚੂਜ਼ ਕਰ ਲਓ ਉਹਨਾਂ ਨੂੰ ਐਵਰੀਡੇ ਟ੍ਰੇਡ ਕਰੋ ਤੀਸਰੀ ਜਿਹੜੀ ਮਿਸਟੇਕ ਆ ਉਹ ਆਪਾਂ ਅਵੋਇਡ ਕਰਨੀ ਆ ਇਗਨੋਰਿੰਗ ਹਾਈ ਸਪਰੈਡ ਆਫ ਬਿਗ ਮੂਵਰਸ ਸਪਰੈਡ ਕੀ ਹੁੰਦਾ ਬਿਡ ਤੇ ਆਸਕ ਪ੍ਰਾਈਸ ਦਾ ਡਿਫਰੈਂਸ ਸੋ ਬਹੁਤ ਸਾਰੇ ਬੰਦੇ ਕੀ ਕਰਦੇ ਆ ਅੱਜ ਜੀ ਇਸ ਸਟਾਕ ਦੀ ਨਿਊਜ਼ ਆਈ ਆ ਇਹਦੀਆਂ ਆਪਸ਼ਨਾਂ ਕਰਦੇ ਨੇ ਬੜਾ ਮੂਵ ਹੋਣਾ ਬਟ ਉਹ ਬਿਟ ਤੇ ਐਸਕ ਪ੍ਰਾਈਸ ਦਾ ਸਪਰੈਡ ਜਿਹੜਾ ਉਹ ਦੇਖਣਾ ਭੁੱਲ ਜਾਂਦੇ ਆ ਐਂਟਰੀ ਕਰਦੇ ਆ ਆਪਸ਼ਨ ਦੇ ਵਿੱਚ ਇੱਕ ਕੰਟਰੈਕਟ ਬਾਏ ਕਰਦੇ ਆ ਨਾਲ ਦੀ ਨਾਲ ਹੀ ਆਪਸ਼ਨ ਕਿੰਨੀ ਉਹਨਾਂ ਦੀ ਜੜੀ ਆ ਉਹ ਲਾਸ ਦੇ ਵਿੱਚ ਚਲ ਜਾਂਦੀ ਆ ਫਿਰ ਪਤਾ ਨਹੀਂ ਲੱਗਦਾ ਕਿ ਇਹ ਕੀ ਹੋ ਰਿਹਾ ਕਾਰਨ ਕੀ ਆ ਸਪਰੈਡ ਜ਼ਿਆਦਾ ਸੀ ਤੁਸੀਂ ਇਗਨੋਰ ਕਰ ਦਿੱਤਾ ਸੋ ਜਦੋਂ ਵੀ ਕੋਈ ਸਟਾਕ ਬਿਗ ਮੂਵਰ ਆ ਉਹਦਾ ਯੂਜ਼ੂਲੀ ਸਪਰੈਡ ਜ਼ਿਆਦਾ ਹੁੰਦਾ ਇਸ ਲਈ ਦੇਖੋ ਕਿ ਜੇ ਅੱਜ ਉਹਦੀ ਕੋਈ ਨਿਊਜ਼ ਆਈ ਇਹ ਤਾਂ ਨਹੀਂ ਕਿਤੇ ਕਿ ਬਹੁਤ ਜ਼ਿਆਦਾ ਸਪਰੈਡ ਆ ਤੇ ਤੁਸੀਂ ਉਹਦੇ ਵਿੱਚ ਚਲ ਗਏ ਫੇਰ ਤੁਹਾਨੂੰ ਘਾਟਾ ਪੈਣ ਦੇ ਜਿਆਦਾ ਚਾਂਸ ਹੋ ਜਾਂਦੇ ਆ ਸੋ ਇਹ ਵੀ ਇੱਕ ਛੋਟੀ ਜਿਹੀ ਜਿਹੜੀ ਗਲਤੀ ਆ ਆਪਾਂ ਅਵੋਇਡ ਕਰਨੀ ਆ ਸੋ ਐਵਰੀ ਡੇ ਜਦੋਂ ਟਰੇਡ ਲੈਣ ਲੱਗਣਾ ਸੋ ਆਪਸ਼ਨ ਚੇਨ ਦੇ ਵਿੱਚ ਬਿੱਡ ਐਸ ਪ੍ਰਾਈਸ ਦਾ ਸਪਰੈਡ ਜ਼ਰੂਰ ਦੇਖਣਾ ਜਿਹੜੀ ਵੀ ਸਟ੍ਰਾਈਕ ਪ੍ਰਾਈਸ ਤੋਂ ਅਸੀਂ ਚੂਜ਼ ਕਰਨ ਬਾਰੇ ਦੇਖ ਰਹੇ ਆ ਨੈਕਸਟ ਛੋਟੀ ਜਿਹੀ ਗਲਤੀ ਕਿਹੜੀ ਆ ਹੋਲਡਿੰਗ ਨੇ ਲਾਸ ਵਿਦਆਊਟ ਨੋਇੰਗ ਦਾ ਟਾਈਮਡ ਕਿ ਸੋ ਬਹੁਤ ਸਾਰੇ ਬੰਦੇ ਕੀ ਆ ਉਹਨਾਂ ਨੂੰ ਟਾਈਮਡ ਕਿ ਨਹੀਂ ਪਤਾ ਕਿ ਆਪਸ਼ਨਾਂ ਦੇ ਵਿੱਚ ਕਿੱਦਾਂ ਕੰਮ ਕਰਦਾ θੀਟਾ ਕਿੱਦਾਂ ਕੰਮ ਕਰਦਾ ਆ ਸੋ ਅੱਜ ਆਪਸ਼ਨ ਦੇ ਵਿੱਚ ਥੋੜਾ ਜਿਹਾ ਘਟਾ ਆ ਉਹ ਇਸ ਕਰਕੇ ਹੋਲਡ ਕਰ ਲੈਂਦੇ ਆ ਕਿ ਕੱਲ ਨੂੰ ਸਟਾਕ ਉੱਪਰ ਚੱਲ ਜਾਊਗਾ ਜਾਂ ਕੱਲ ਨੂੰ ਆਪਣੀ ਡਾਇਰੈਕਸ਼ਨ ਦੇ ਵਿੱਚ ਚੱਲ ਜਾਊਗਾ ਜਿਹੜੀ ਡਾਇਰੈਕਸ਼ਨ ਦੇ ਵਿੱਚ ਆਪਾਂ ਟਰੇਡ ਲਈ ਆ ਤੇ ਇਹ ਘਾਟਾ ਪੂਰਾ ਹੋ ਜਾਣਾ ਤੇ ਆਪਾਂ ਪ੍ਰੋਫਿਟ ਦੇ ਵਿੱਚ ਆ ਜਾਾਂਗੇ ਬਟ ਪ੍ਰੋਬਲਮ ਕੀ ਆ ਕਿ ਜਿਹੜਾ ਟਾਈਮ ਡिके ਆ ਉਹਨੂੰ ਨੋਟਿਸ ਹੀ ਨਹੀਂ ਕਰਦੇ ਕਿ ਇਹ ਵੀ ਨਾਲ ਦੀ ਨਾਲ ਹੋਣਾ ਉਹਨੂੰ ਵੀ ਆਪਾਂ ਨੂੰ ਇਨਕਲੂਡ ਕਰਨਾ ਪੈਣਾ ਸੋ ਉਹ ਚੀਜ਼ ਤੁਸੀਂ ਇਗਨੋਰ ਕਰਕੇ ਕਿਤੇ ਨਾ ਕਿਤੇ ਜਿਹੜੀ ਆਪਣੀ ਸਾਰੀ ਟਰੇਡ ਆ ਉਹ ਜ਼ੀਰੋ ਕਰ ਲੈਣੇ ਅਗਲੇ ਦਿਨ ਸੋ ਇਸ ਕਰਕੇ ਜਦੋਂ ਟਰੇਡ ਥੋੜੇ ਬਹੁਤ ਲਾਸ ਦੇ ਵਿੱਚ ਅਜੇ ਤੇ ਅੱਜ ਹੀ ਬਾਹਰ ਨਿਕਲ ਜਾਓ ਸਟਾਪ ਲਾਸ ਹਿੱਟ ਕਰਕੇ ਨੇ ਤੇ ਅਗਲੇ ਦਿਨ ਦੇ ਵਿੱਚ ਜਾ ਕੇ ਕੀ ਹੋਣਾ ਆ ਕਿ ਤੁਹਾਨੂੰ ਘਾਟਾ ਬਹੁਤ ਜ਼ਿਆਦਾ ਪੈ ਜਾਣਾ ਟਾਈਮਡ ਕਿ ਇਹ ਦੇ ਕਰਕੇ ਤੇ ਤੁਹਾਡੇ ਤੋਂ ਲਾਸ ਰਿਕਵਰ ਕੀਤਾ ਹੀ ਨਹੀਂ ਜਾਣਾ ਚਾਹੇ ਕਈ ਵਾਰੀ ਸਟਾਕ ਜਿਹੜੀ ਡਾਇਰੈਕਸ਼ਨ ਦੇ ਵਿੱਚ ਤੁਹਾਡੀ ਟ੍ਰੇਡ ਹੈਗੀ ਆ ਉਧਰ ਨੂੰ ਹੀ ਮੂਵ ਕਿਉਂ ਨਾ ਕਰੇ ਸੋ ਇਹ ਬਹੁਤ ਸਾਰੇ ਵੀਰਾਂ ਦਾ ਮੈਨੂੰ ਕੁਐਸ਼ਨ ਹੁੰਦਾ ਕਿ ਭਾਰੀ ਕੱਲ ਟ੍ਰੇਡ ਲਈ ਸੀ ਅੱਜ ਸਟਾਕ ਇੰਨਾ ਉੱਪਰ ਨੂੰ ਮੂਵ ਵੀ ਕਰ ਗਿਆ ਜਿੱਦੋਂ ਨੂੰ ਮੈਂ ਟ੍ਰੇਡ ਦੇ ਵਿੱਚ ਐਂਟਰ ਹੋਇਆ ਪ੍ਰੋਫਿਟ ਮੈਨੂੰ ਫਿਰ ਵੀ ਨਹੀਂ ਵੱਧ ਰਿਹਾ ਮੈਂ ਅਜੇ ਵੀ ਘਾਟੇ ਦੇ ਵਿੱਚ ਆ ਆਪਸ਼ਨਾਂ ਦੇ ਵਿੱਚ ਕੀ ਗੱਲ ਆ ਸੋ ਇਹਦਾ ਕਾਰਨ ਇਹੀ ਆ ਕਿ ਜਿਹੜਾ ਟਾਈਮਡ ਕੇਜ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਹੁੰਦਾ ਛੋਟੀ ਜੀ ਮਿਸਟੇਕ ਬਟ ਇਹ ਹੀ ਆ ਕਿ ਇਹਦਾ ਬੈਨੀਫਿਟ ਬਹੁਤ ਹੋ ਸਕਦਾ ਜੇ ਤੁਸੀਂ ਇਹਨੂੰ ਅਵੋਇਡ ਕਰ ਦੋ ਤਾਂ ਸੋ ਜਿੱਦਾਂ ਮੈਂ ਦੱਸਿਆ ਛੋਟੀ ਛੋਟੀ ਮਗਰ ਮੋਟੀ ਬਾਤਾਂ ਵਾਲਾ ਕੰਮ ਹੀ ਆ ਇਸ ਵੀਡੀਓ ਦੇ ਵਿੱਚ ਨੈਕਸਟ ਕੀ ਆ ਜੀ ਬਹੁਤ ਹੀ ਜਿਆਦੀ ਕਾਮਨ ਮਿਸਟੇਕ ਵੈਰੀ 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 ਕਾਮਨ ਮਿਸਟੇਕ ਜਿਹੜੀ ਆਮ ਆਪਾਂ ਕਰਦੇ ਆ ਜਦੋਂ ਆਪਸ਼ਨ ট্রেਡਿੰਗ ਦੇ ਵਿੱਚ ਨਵੇਂ ਹੁੰਨੇ ਆ ਖਾਸ ਕਰਕੇ ਜੋ ਥੋੜਾ ਜਿਹਾ ਪ੍ਰੋਫਿਟ ਬਣਨਾ ਸ਼ੁਰੂ ਹੋ ਜਾਂਦਾ ਉਹ ਕੀ ਆ ਜੰਪ ਆਫ ਕੰਟਰੈਕਟ ਫਰੋਮ 2 ਟੂ 5 অর 5 ਤੋਂ 10 ਕੀ ਕਰਦੇ ਆਪਸ਼ਨ ট্রেਡਿੰਗ ਦੇ ਵਿੱਚ ਮੰਨ ਲਓ ট্রেਡਿੰਗ ਸਟਾਰਟ ਕਰ ਲਈ ਦੋ ਕ ਕੰਟਰੈਕਟਾਂ ਦੇ ਨਾਲ ਟਰੇਡ ਕਰ ਰਹੇ ਆ ਦੋ ਤਿੰਨ ਦਿਨ ਪ੍ਰੋਫਿਟ ਬਣਿਆ ਸਿੱਧਾ ਹੀ ਜੰਪ ਮਾਰਦੇ ਆ ਜਾ ਕੇ ਪੰਜਾਂ ਤੇ ਠੀਕ ਆ ਜੇ ਪੰਜਾਂ ਦੇ ਨਾਲ ਸਟਾਰਟ ਕੀਤੀ ਦੋ ਤਿੰਨਾਂ ਪ੍ਰੋਫਿਟ ਬਣਿਆ ਸਿੱਧਾ ਹੀ ਜਾ ਕੇ 10ਾਂ ਤੇ ਜੰਪ ਮਾਰਨਾ ਤੇ ਉਹ ਜੇ 10ਾਂ ਵਾਲੀ ਪਹਿਲੀ ਟਰੇਡ ਹੀ ਤੁਹਾਡੀ ਗਲਤ ਹੋ ਗਈ ਤੇ ਉਹਨੇ ਬੜਾ ਜਿਆਦਾ ਕਾਟਾ ਪਾ ਦੇਣਾ ਤੇ ਤੁਹਾਨੂੰ ਪਤਾ ਨਹੀਂ ਲੱਗਣਾ ਕੀ ਹੋ ਕੀ ਰਿਹਾ ਖਾਸ ਕਰਕੇ ਜੇ 1 2 ਲਗਾਤਾਰ ਗਲਤ ਹੋ ਗਈਆਂ ਤੇ ਉਹਨੇ ਜਿਹੜਾ ਪ੍ਰੋਫਿਟ ਆ ਪਿਛਲੇ 3 4 ਸੋ ਇਸ ਕਰਕੇ ਜਦੋਂ অপਸ਼ਨ ট্রেডিং ਦੇ ਵਿੱਚ ਆਏ ਆ ਤੁਸੀਂ ਕੀ ਹੈ ਕਿ ਇਨਕ੍ਰੀਮੈਂਟ ਦੇ ਵਿੱਚ 1 ਬਾਈ 1 ਕੰਟਰੈਕਟ ਵਧਾਉਣੇ ਆ 2 ਕੁ ਵੀਕ 2 ਕੰਟਰੈਕਟ ਕਰੋ ਫਿਰ 2 ਕੁ ਵੀਕ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਇਦਾਂ ਕਰਦੇ ਕਰਦੇ ਹੋ ਸਕਦਾ ਤੁਹਾਨੂੰ 2 2.5 3 ਮਹੀਨੇ ਲੱਗ ਜਾਣ 2 ਤੋਂ 10 ਤੱਕ ਜਾਂਦੇ ਆ ਪਰ ਉਹਦੇ ਨਾਲ ਕੀ ਹੋਊਗਾ ਕਿ ਤੁਹਾਡੇ ਅਕਾਊਂਟ ਦੇ ਵਿੱਚ ਫਲਕਚੁਏਸ਼ਨ ਨਹੀਂ ਹੋਊਗੀ ਇੱਕਦਮ ਉੱਪਰ ਜਾਣਾ ਇੱਕਦਮ ਥੱਲੇ ਡਿੱਗਣਾ ਸੋ ਇਹਦੀ ਦਾ ਧਿਆਨ ਰੱਖਣਾ ਜੀ ਜੰਪ ਆਫ ਕੰਟਰੈਕਟ ਨਹੀਂ ਕਰਨੇ ਇਨਕਰੀਮੈਂਟ ਦੇ ਨਾਲ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਛੋਟੀਆਂ-ਛੋਟੀਆਂ ਜਿਨ੍ਹਾਂ ਨੂੰ ਤੁਸੀਂ ਅਵੋਇਡ ਕਰਕੇ ਤੇ ਆਪਸ਼ਨ ਟਰੇਡਿੰਗ ਦੇ ਵਿੱਚ ਪ੍ਰੋਫਿਟ ਬਣਾ ਸਕਦੇ ਹੋ ਇੱਕ ਵਾਰੀ ਥੋੜਾ ਜਿਹਾ ਰੀਕੈਪ ਕਰ ਲੈਣੇ ਆ ਜਾਣ ਤੋਂ ਪਹਿਲਾਂ ਤੇ ਤੁਸੀਂ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ ਤੇ ਬਾਕੀ ਆ ਜਿਹੜੀਆਂ ਉੱਪਰ ਦੋ ਵੀਡੀਓ ਆ ਰਹੀਆਂ ਇਹਨਾਂ ਵਿੱਚ ਵੀ ਜੇ ਕੋਈ ਵਧੀਆ ਲੱਗਦੀ ਆ ਤਾਂ ਦੇਖ ਕੇ ਜ਼ਰੂਰ ਜਾਇਓ ਸੋ ਰੀਕੈਪ ਕਰ ਲੈਣੇ ਆ ਜੀ ਕੀ ਕਰਨਾ ਜੰਪ ਆਫ ਕੰਟਰੈਕਟ ਨਹੀਂ ਕਰਨਾ ਠੀਕ ਹੈ ਨਾਲ ਦੀ ਨਾਲ ਕੀ ਆ ਕਿ ਕੋਈ ਵੀ ਟ੍ਰੇਡ ਦੇ ਵਿੱਚ ਘਾਟ ਆਇਆ ਇਹ ਸੋਚ ਕੇ ਨਹੀਂ ਹੋਲਡ ਕਰ ਲੈਣੀ ਕਿ ਕੱਲ ਨੂੰ ਰਿਕਵਰ ਹੋ ਜਾਊਗਾ ਕਿਉਂਕਿ ਆਪਸ਼ਨ ਦੇ ਵਿੱਚ ਟਾਈਮ ਡिके ਹੁੰਦਾ ਆ ਕੱਲ ਨੂੰ ਜੇ ਤੁਹਾਡੀ ਡਾਇਰੈਕਸ਼ਨ ਚ ਜਾਂਦਾ ਤਾਂ ਵੀ ਜ਼ੀਰੋ ਹੋ ਸਕਦਾ ਆ ਉਸ ਤੋਂ ਬਾਅਦ ਕੀ ਆ ਜੇ ਕੋਈ ਸਟਾਕ ਅੱਜ ਜ਼ਿਆਦਾ ਮੂਵ ਕਰ ਰਿਹਾ ਤੇ ਇਹ ਸੋਚ ਕੇ ਨਹੀਂ ਲੈ ਲੈਣਾ ਕਿ ਕਾਫੀ ਵਧੀਆ ਮੂਵ ਆਈ ਆ ਤੇ ਉਹਦਾ ਹੋ ਸਕਦਾ ਸਪਰੈਡ ਜ਼ਿਆਦਾ ਹੋਵੇ ਆਪਸ਼ਨ ਦਾ ਧਿਆਨ ਦੇ ਨਾਲ ਉੱਥੇ ਨੈਕਸਟ ਕੀ ਆ ਕਿ ਜੇ ਆਪਸ਼ਨਾਂ ਕਰ ਰਹੇ ਆ ਤੇ ਇੱਕ ਦੋ ਇੰਡੈਕਸ ਦੀਆਂ ਕਰ ਲਓ ਜਾਂ ਇੱਕ ਦੋ ਸਟਾਕਾਂ ਦੀ ਐਵਰੀ ਡੇ ਕਰੋ ਸਿੰਪਲ ਕਰੋ ਟਰੇਡਿੰਗ ਨੂੰ ਨਾ ਕਿ ਕੰਪਲਿਕated ਇਹ ਨਹੀਂ ਕਿ ਅੱਜ ਇੱਕ ਦੀ ਕਰ ਲਈ ਕੱਲ ਨੂੰ ਦੂਜੇ ਦੀ ਪਰਸੋਂ ਹੋਰ ਤੇ ਜਿੱਤੇ ਚੱਲ ਗਏ ਨੈਕਸਟ ਕੀ ਆ ਇਹ ਨਹੀਂ ਕਿ ਆਲਵੇਸ ਆਊਟ ਆਫ ਦਾ ਮਨੀ ਜਿਹੜਾ ਚੀਪ ਪ੍ਰੀਮੀਅਮ ਹੋਹੀ ਬਾਈ ਕਰਨੇ ਆ ਤੁਹਾਨੂੰ ਉਹਦੇ ਵਿੱਚ ਕਾਟਾ ਪੈਣ ਦੇ ਸਗੋ ਜਿਆਦੇ ਚਾਂਸ ਹੁੰਦੇ ਆ ਇਨਸਟੈਡ ਕਿ ਪ੍ਰੋਫਿਟ ਬਣਨਾ ਖਾਸ ਕਰਕੇ ਜੇ ਤੁਸੀਂ ਡੇ ਟ੍ਰੇਡ ਕਰ ਰਹੇ ਹੋ ਤੇ ਸੋ ਇਹ ਸਾਰੀਆਂ ਮਿਸਟੇਕਸ ਨੇ ਜਿਹੜੀਆਂ ਤੁਸੀਂ ਜੇ ਆਪਸ਼ਨ ਟਰੇਡਿੰਗ ਦੇ ਵਿੱਚ ਅਵੋਇਡ ਕਰਨ ਦੇ ਵਿੱਚ ਕਾਮਯਾਬ ਹੋ ਜਾਨੇ ਆ ਤੇ ਤੁਹਾਡੇ ਰਿਜ਼ਲਟ ਚੇਂਜ ਹੋਣਗੇ ਮੈਂ ਆਲਵੇਸ ਕਹਿੰਦਾ ਨਾ ਇੱਕ ਚੀਜ਼ ਕੀ ਆ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਨੇ ਪਹਿਲੇ ਕੀ ਆ ਜਿਹੜੇ ਲਿਸਨ ਕਰਦੇ ਆ ਦੂਸਰੇ ਹੁੰਦੇ ਜਿਹੜੇ ਲਿਸਨ ਤੇ ਅੰਡਰਸਟੈਂਡ ਕਰਦੇ ਆ ਤੀਸਰੇ ਕਿਹੜੇ ਆ ਲਿਸਨ ਵੀ ਕਰਦੇ ਅੰਡਰਸਟੈਂਡ ਵੀ ਕਰਦੇ ਤੇ ਇੰਪਲੀਮੈਂਟ ਵੀ ਕਰਦੇ ਆ ਹੁਣ ਤੁਸੀਂ ਦੱਸਿਓ ਕਮੈਂਟ ਦੇ ਵਿੱਚ ਕਿ ਤੁਸੀਂ ਪਹਿਲੇ ਵਾਲੇ ਆ ਦੂਜੇ ਵਾਲੇ ਆ ਤੇ ਜਾਂ ਤੀਜੇ ਵਾਲੇ ਆ ਥੈਂਕ ਯੂ ਸਤਿ ਸ੍ਰੀ ਅਕਾਲ